ਪੂਰੇ ਦੇਸ਼ ਦੇ ਵਿੱਚ ਕਹਿ ਸਕਦੇ ਆ بارش ਨੇ ਆਪਣਾ ਕਹਿਰ ਮਚਾਇਆ ਹੋਇਆ ਤਸਵੀਰਾਂ ਤੁਹਾਨੂੰ ਸੰਗਰੂਰ ਦੇ ਲਹਿਰਾਗਾਗਾ ਇਲਾਕੇ ਦੇ ਰੋੜੇਵਾਲ ਪਿੰਡ ਦੀਆਂ ਦਿਖਾਉਣੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਨੇ ਇੱਕ ਸਮੁੰਦਰ ਦਾ ਰੂਪ ਧਾਰਨ ਕਰ ਚੁੱਕਿਆ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਜਿਹੜਾ ਪਾਣੀ ਪਾਣੀ ਨਜ਼ਰ ਆ ਰਿਹਾ ਪਾ ਦੱਸ ਦਈਏ ਕਿ ਇੱਥੇ ਕਿਸਾਨਾਂ ਦੀ ਝੋਨੇ ਦੀ ਜਿਹੜੀ ਫਸਲ ਹੈ ਜਿਹੜੀ ਉਹ ਬੀਜੀ ਹੋਈ ਹੈ ਅਚਾਨਕ ਅੱਜ ਸਵੇਰੇ 6 ਵਜੇ ਜਿਹੜਾ ਰਜਵਾਹਾ ਹੁੰਦਾ ਉਹ ਉਹ ਟੁੱਟ ਜਾਂਦਾ ਹੈਗਾ ਜਦੋਂ ਸਵੇਰੇ ਕਿਸਾਨ ਖੇਤਾਂ ਨੂੰ ਆਉਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਰਜਵਾਹੇ ਦੇ ਵਿੱਚ 20 ਫੁੱਟ ਚੌੜਾ ਜਿਹੜਾ ਪਾੜ ਪੈ ਜਾਂਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਪਾੜ ਨੂੰ ਭਰਨ ਦੀ ਕੋਸ਼ਿਸ਼ ਹੁੰਦੀ ਹੈ ਪਰ ਲਗਾਤਾਰ ਨਾਲ ਦੀ ਨਾਲ ਬਾਰਿਸ਼ ਵੀ ਜਿਹੜੀ ਹੁੰਦੀ ਹੈਗੀ ਪਰ ਉਸ ਨੂੰ ਇੰਨਾ ਟਾਈਮ ਲੱਗ ਜਾਂਦਾ ਹੈ ਪ੍ਰਸ਼ਾਸਨ ਮੌਕੇ ਦੇ ਉੱਪਰ ਨਹੀਂ ਪਹੁੰਚਦਾ ਖੁਦ ਕਿਸਾਨ ਮਿੱਟੀ ਦੇ ਗੱਟੇ ਲੈ ਕੇ ਆਉਂਦੇ ਨੇ ਉਹਨੂੰ ਪਾੜ ਨੂੰ ਭਰਿਆ ਜਾਂਦਾ ਹੈ ਤਕਰੀਬਨ 7-8 ਘੰਟਿਆਂ ਦੀ ਜਦੋਂ ਜਾਹਤ ਤੋਂ ਬਾਅਦ ਪਰ ਲੇਕਿਨ ਜਦੋਂ ਇਹ 7-8 ਘੰਟਿਆਂ ਦੇ ਵਿੱਚ ਜੋ ਤਬਾਹੀ ਉਸ ਪਾਣੀ ਨੇ ਮਚਾਈ ਹੈ ਜੋ ਨੁਕਸਾਨ ਕਿਸਾਨਾਂ ਦਾ ਕਰਿਆ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸਾਨ ਆਪਣੇ ਖੇਤਾਂ ਦੇ ਵਿੱਚ ਖੜੇ ਨੇ ਉਹਨਾਂ ਦੇ ਲੱਖ ਲੱਖ ਪਾਣੀ ਆ ਇੱਥੇ ਇਹਨਾਂ ਦੀਆਂ ਫਸਲਾਂ ਬੀਜੀਆਂ ਹੋਈਆਂ ਨੇ ਝੋਨੇ ਦੀ ਫਸਲ ਲੱਗੀ ਹੋਈ ਆ ਪਰ ਤੁਹਾਨੂੰ ਦੂਰ ਤੱਕ ਕਿਤੇ ਵੀ ਫਸਲ ਨਜ਼ਰ ਨਹੀਂ ਆ ਰਹੀ ਜਾਂ ਜਿਹੜੀਆਂ ਉੱਚੀਆਂ ਜਗਾਵਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਤੁਹਾਨੂੰ ਦੂਰ ਥੋੜੀ ਫਸਲ ਨਜ਼ਰ ਆ ਰਹੀ ਜੇ ਤੁਸੀਂ ਇਹ ਦੂਰ ਤੱਕ ਜਿੱਥੋਂ ਤੱਕ ਤੁਹਾਨੂੰ ਖੇਤ ਨਜ਼ਰ ਆ ਰਿਹਾ ਹੈਗਾ ਇਹ ਜਿਹੜੀਆਂ ਇਹ ਜਿਹੜੇ ਰਸਤੇ ਦੇ ਉੱਪਰ ਇਹ ਨੌਜਵਾਨ ਆ ਰਹੇ ਨੇ ਇਹ ਇਹ ਸਿਰਫ ਇੱਕ ਜਿਹੜਾ ਰਾਸਤਾ ਜਿਹੜਾ ਖੇਤ ਨੂੰ ਆਉਣ ਲਈ ਰਾਸਤਾ ਉਹ ਉੱਚਾ ਹੁੰਦਾ ਪਰ ਲੇਕਿਨ ਆਸ-ਪਾਸ ਜਿਹੜੀ ਉਹ ਆ ਤੁਸੀਂ ਇਹ ਖੇਤ ਦੇਖ ਸਕਦੇ ਹੋਗੇ ਇਹ ਕੋਠਾ ਦੇਖ ਸਕਦੇ ਹੋਗੇ ਕਹਿ ਸਕਦੇ ਜਿੱਥੇ ਕਿ ਟਿਊਬਵੈਲ ਲੱਗਿਆ ਹੁੰਦਾ ਇਹਨੂੰ ਚਾਰੋਂ ਪਾਸੋਂ ਜਿਹੜਾ ਪਾਣੀ ਕਹਿ ਸਕਦੇ ਕਿਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੋਰ ਹੈ ਉਹ ਸਾਹਮਣੇ ਲੱਗਿਆ ਹੋਇਆਗਾ ਉਹ ਬੋਰ ਵੀ ਜਿਹੜਾ ਪਾਣੀ ਨੂੰ ਆਸ-ਪਾਸ ਤੋਂ ખેਚਣੇ ਕਿ ਕਹਿ ਸਕਦੇ ਕਿ ਖੇਤ ਨੂੰ ਆਉਣ ਦਾ ਕੋਈ ਰਾਸਤਾ ਨਹੀਂ ਹੈਗਾ ਡੰਗਰਾਂ ਦੇ ਲਈ ਜਿਹੜਾ ਪਸ਼ੂਆਂ ਦੇ ਲਈ ਹਰਾ ਚਾਰਾ ਹੈਗਾ ਜਿਹੜਾ ਉਹ ਵੀ ਪੂਰੇ ਕਿਦ ਤਨ ਕਹਿ ਸਕਦਾ ਕਿ ਖਤਮ ਹੋ ਚੁੱਕਿਆ ਜਾਂ ਫਿਰ ਕਿਸਾਨ ਜਿਹੜਾ ਦੂਰ ਖੜਾ ਹੈਗਾ ਉਸ ਨੂੰ ਲਜਾ ਨਹੀਂ ਸਕਦੇ ਉਸ ਦੀ ਬਾਡੀ ਜਿਹੜੀ ਉਹ ਉਹ ਨਹੀਂ ਹੋ ਸਕਦੀ ਕਿ ਇੱਕ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਅਗਰ ਥੋੜਾ ਜਿਹਾ ਨੇੜੇ ਆ ਜਾਓ ਅੱਛਾ ਇਹ ਕੀ ਕਾਰਨ ਹੋਇਆ ਕਿੰਨੀ ਕੁ ਫਸਲ ਦਾ ਨੁਕਸਾਨ ਆ ਜਿਹੜਾ ਇਸ ਸਮੇਂ ਇੱਥੇ ਹੈਗਾ ਇਹ ਭਾਈ ਜੀ ਲਗਭਗ 100 ਕਿੱਲੇ ਤੋਂ ਪਲੱਸ ਏਰੀਆ ਹੋਊਗਾ ਜਿਹੜਾ ਪਾਣੀ ਦੀ ਮਾਰ ਚ ਆ ਗਿਆ ਹੂੰ ਤੇ ਜਿਹੜਾ ਲਾਗੇ ਸਾਡੇ ਨਾਲਾਂ ਲੰਗਦਾ ਕੋਲ ਦੀ ਉਹ ਸਵੇਰੇ ਉਹਦਾ ਬੰਨ ਟੁੱਟ ਗਿਆ 20 25 ਫੁੱਟ ਦਾ ਤੇ ਸਵੇਰ ਦੇ 7 ਵਜੇ ਤੇ ਲੱਗੇ ਹੋਏਗੇ ਉਹਨੂੰ ਬੰਦ ਕਰਨ ਵਾਸਤੇ ਉਹ ਇੱਕ ਥਾਂ ਤੋਂ ਬੰਦ ਕਰਦਾ ਦੂਜੀ ਥਾਂ ਦੇ ਖੁੱਲ ਜਾਂਦਾ ਦੂਜੀ ਤੋਂ ਪਹਿਲਾਂ ਬਹੁਤ ਵੱਡਾ ਪਾੜਾ ਉਹੀ ਨਹੀਂ ਬੰਦ ਹੋਇਆ ਜੀਸੀਬੀਆਂ ਬੁਲਾਈਆਂ ਕੋਈ ਪ੍ਰਸ਼ਾਸਨ ਨਹੀਂ ਆਇਆ ਕਿਸੇ ਨੇ ਸਾਡੀ ਸਾਰ ਨਹੀਂ ਲਈ ਹੁਣ ਤੱਕ ਹੋ ਨਾ ਮੈਂ ਮੈਂ ਕਮੇ ਵਾਲਾ ਆਇਆ ਔਰ ਕੋਈ ਜਕਲਾ ਮੈਂ ਕਮੇ ਵਾਲਾ ਨਹੀਂ ਆਇਆ ਅੱਜ ਅਗਰ ਨੁਕਸਾਨ ਮੰਨਿਆ ਜਾਈ ਤਾਂ ਕਿੰਨੇ ਕਿਸਾਨਾਂ ਦੀ ਇਸ ਇਲਾਕੇ ਦੇ ਤੁਹਾਡੇ ਪਿੰਡ ਦੇ ਕਿੰਨੇ ਕਿਸਾਨਾਂ ਦੀ ਜਿਹੜੀ ਇਹ ਖੇਤ ਨੇ ਜਿਹੜੇ ਜਿਹੜੇ ਪ੍ਰਭਾਵਿਤ ਹੋਏ ਨੇ ਇੱਥੇ ਲਗਭਗ 25 ਤੋਂ 30 ਕਿਸਾਨ ਤਾਂ ਲਗਭਗ ਹੈਗੇ ਨੇ ਜਿਨ੍ਹਾਂ ਦਾ ਬਿਲਕੁਲ ਹੀ ਬਿਲਕੁਲ ਹੀ ਨੁਕਸਾਨ ਹੋ ਰਿਹਾ ਜੀ ਹਾਂ ਠੇਕੇ ਦੀ ਜਮੀਨਾਂ ਲਈਆਂ ਹੋਈਆਂ ਨੇ 68 67 68000 ਠੇਕਰ ਜੀ ਤੇ ਲਗਭਗ ਹੁਣ ਤੁਸੀਂ ਦੇਖ ਰਹੇ ਹੋ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ 4-4000 ਰੁਪਇਆ ਲਵਾਈ ਦਾ ਦਿੱਤਾ ਹੂੰ ਉਹ ਲਵਾਈ ਦਾ ਵੀ ਔਖਾ ਹੋਇਆ ਪਿਆ ਕਿ ਹੁਣ ਅਗਰ ਪਾਣੀ ਨਿਕਲ ਜਾਂਦਾ ਤਾਂ ਜਿਹੜੀ ਇੱਥੇ ਝੋਨਾ ਲੱਗਿਆ ਹੋਇਆ ਉਹ ਕਾਮਜਬ ਰਹੂਗਾ ਨਹੀਂ ਨਹੀਂ ਹੁਣ ਨਹੀਂ ਬਰਾ ਕਾਮਜਬ ਹੋਣਾ ਯਾਰ ਉਹ ਕਿਉਂਕਿ ਜੀ ਇਹ ਪਾਣੀ ਆ ਜਿਹੜਾ ਇਹਨੇ ਕਿਸੇ ਪਾਸੇ ਨਿਕਲਣਾ ਇਹ ਪਾਣੀ ਦਾ ਕੋਈ ਨਿਕਾਸ ਨਹੀਂ ਇਹ ਪਾਣੀ ਨੇ ਇੱਥੇ ਹੀ ਰਹਿਣਾਗਾ ਇੱਥੇ ਜ਼ਮੀਨਾਂ ਨੇ ਪੀਣਾ ਘੰਟ ਤੋਂ ਘੱਟ ਵੀ 15 20 ਦਿਨ ਲੰਘਣਗੇ ਉਦੋਂ ਸਾਰਾ ਜਿਹੜੇ ਪ੍ਰਸ਼ਾਸਨ ਆਇਆ ਹੋਰ ਆ ਕੇ ਜਾਇਦਾ ਲਿੱਤਾ ਗਿਆ ਗਿਆ ਕਿ ਜਗ੍ਹਾ ਲਿੱਤਾ ਗਿਆ ਪ੍ਰਸ਼ਾਸਨ ਆਇਆਗਾ ਸਾਨੂੰ ਇਹਦਾ ਹੱਲ ਕਰਨ ਵਾਸਤੇ ਸਾਨੂੰ ਕਿਹਾਗਾ ਵੀ ਸਾਡੇ ਤੇ ਕੀ ਕਿ ਉਹਨਾਂ ਨੇ ਕੀ ਕਿ ਪਾਣੀ ਕੱਢਣ ਦੀ ਗੱਲ ਗੇੜਾ ਤਾਂ ਹਰ ਕੋਈ ਮਾਰ ਜਾਂਦਾ ਆ ਕੇ ਗੇੜੇ ਤਾਂ ਆਈ ਵਾਰ ਵਾਰਦੇ ਨੇ ਆਈ ਵਾਰ ਇਹ ਆਈ ਗਏ ਅੱਗੇ ਵਾਰ ਕਿਹਾ ਵੀ ਜਦੋਂ ਇਹ ਪਾਣੀ ਸੁੱਕ ਗਿਆ ਉਸ ਦਿਵਾਰ ਟੀਮ ਆਊਗੀ ਪੂਰੇ ਫਰਕ ਕਰੂਗੀ ਵੀ ਪਾਣੀ ਇਹ ਕਿਵੇਂ ਨਿਕਲ ਸਕਦਾ ਸਾਡੀ ਜੀ ਕੋਈ ਸਰਕਾਰ ਨੇ ਸੁਣੀ ਨਹੀਂ ਹਾਲ ਤੱਕ ਸਾਡੇ ਬੱਚੇ ਵੀ ਮਤਲ ਉਹਦਾ ਕਹਣਾ ਬਾਂਡੇ ਦੇ ਹੋ ਗਏ 60 70 ਸਾਲ ਦੀ ਮੇਰੀ ਉਮਰ ਹੋਗੀ ਸਾਡੇ ਅੱਜ ਤੱਕ ਸਾਡੇ ਬਾਬੇ ਪਰਦਾਦੇ ਵੀ ਮਰ ਗਏ ਸਾਡੀ ਕਿਸੇ ਸਰਕਾਰ ਨੇ ਸੁਣੀ ਨਹੀਂ ਹੈਗੀ ਹਾਲ ਤੱਕ ਅਸੀਂ ਇਸ ਤਰੀ ਬੱਸ ਆਪ ਰੁਪਈਏ ਲਾ ਲਾ ਕਦੇ ਕਿਵੇਂ ਕਦੇ ਕਿਵੇਂ ਕੁਛ ਕਰਦੇ ਆ ਸਾਡੀ ਕਿਸੇ ਨੇ ਨਹੀਂ ਸੁਣੀ ਨਾ ਉੱਥੇ ਕਿਸੇ ਨੇ ਜੀਬੀਸੀ ਲਾਈ ਅੱਜ ਤੱਕ ਅਸੀਂ ਆਪ ਰੁਪਈਏ ਲਾ ਕੇ ਇਹ 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 ਨਾਲੇ ਨੂੰਲੇ ਸਾਫ਼ ਹੋਏ ਸੀ ਪਹਿਲਾਂ ਨਾ ਜੀ ਕੋਈ ਨਾਲਾ ਨਹੀਂ ਸਾਫ਼ ਹੋਇਆ ਹਾਲ ਤੱਕ ਪਰ ਸਰਕਾਰ ਤਾਂ ਕਹੇ ਰਹੀ ਸੀ ਇੱਕ ਵਾਰ ਬਰਸਾਤ ਤੋਂ ਪਹਿਲੀ ਕਰ ਲੈ ਸਾਫ਼ ਨਾ ਜੀ ਕੋਈ ਨਾਲਾ ਨਹੀਂ ਸਾਫ਼ ਹੋਇਆ ਸਾਡੇ ਉਰੇ ਅਸੀਂ ਆਪ ਰੁਪਈਏ ਲਾ ਕੇ ਹੁਣ ਪਰੋਲੀਆਂ ਤਾਂ ਖੋਲੀਆਂ ਨੇ ਗਾਹਾਂ ਜਾ ਕੇ ਪਰ ਦੇਖਦੇ ਆ ਕਿ ਹੁਣ ਖੇਤਾਂ ਉਣ ਨੂੰ ਜੀ ਨਹੀਂ ਕਰਦਾ ਆਉਣਾ ਜਿਹੜੇ ਇਸ ਤਰੀਕੇ ਨਾਲ ਹਲ ਨਹੀਂ ਕਰਦਾ ਜੀ ਸਭ ਕੁਝ ਤਬਾਹ ਹੈ ਸਾਡਾ ਤਾਂ ਇੱਥੇ ਹੂੰ ਇੱਥੇ ਸਾਡਾ ਕੋਈ ਡੰਗਰਾਂ ਵਾਲੀ ਹਰਾਚਾਰਾ ਕੋਈ ਡੰਗਰਾਂ ਦਾ ਹਰਾਚਾਰਾ ਨਹੀਂ ਮੈਂ ਡੰਗਰ ਵੀ ਸੁੰਨੇ ਛੱਡਣੇ ਪੈਣਗੇ ਹੂੰ ਉਹ ਹਰਾਚਾਰਾ ਹੋਰ ਕੌਣ ਦੇਊਗਾ ਜੀ ਆਪ ਦਾ ਖੇਤ ਚੋਂ ਮਰ ਗਿਆ ਜਿਵੇਂ ਮੈਂ ਤੁਹਾਨੂੰ ਜ਼ਿਕਰ ਕਰਿਆ ਦਿਖਾਇਆਗਾ ਕਿ ਜਿਹੜਾ ਇਹ ਤੁਹਾਨੂੰ ਇਹ ਰਾਸਤਾ ਕਿਉਂਕਿ ਅਸੀਂ ਮੇਨ ਰੋਡ ਤੋਂ ਕਹਿ ਸਕਦੇ ਆ ਆ ਕਿ ਤਕਰੀਬਨ ਅੱਧਾ ਕਿਲੋਮੀਟਰ ਅੰਦਰ ਆ ਗਏ ਅੱਧਾ ਕਿਲੋਮੀਟਰ ਅੰਦਰ ਨੂੰ ਅੰਦਰ ਖੇਤ ਨੂੰ ਪਈਆਂ ਆਉਂਦੀਆਂ ਨੇ ਤਾਂ ਉਸ ਤੋਂ ਅੱਗੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਆ ਮਾਫ ਕਰਨਾ ਕਿ ਜਿਹੜੇ ਕਾਫੀ ਖੇਤ ਨੇ ਕਿਸਾਨਾਂ ਦੇ ਅਲੱਗ-ਅਲੱਗ ਖੇਤ ਨੇ ਜਿਹੜੇ ਕਿਸੇ ਨੇ ਠੇਕੇ ਦੇ ਲੈਤੇ ਕਿਸੇ ਦੀ ਆਪਣੀ ਪੈੜੀ ਹੈਗੀ ਪਰ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜੀਆਂ ਇਹ ਹੋਰ ਇਹ ਜ਼ਮੀਨਾਂ ਨੇ ਕਿਸਾਨ ਜਿਵੇਂ ਬਾਈ ਜੀ ਦੱਸ ਰਹੇ ਸੀ ਕਿ ਇਹਨਾਂ ਦਾ ਖੇਤ ਇਸ ਤੋਂ ਅੱਗੇ ਆਗਾ ਜਿਹੜਾ ਅੱਗੇ ਤਾਂ ਤੁਹਾਨੂੰ ਸਿਰਫ ਪਾਣੀ ਪਾਣੀ ਨਜ਼ਰ ਆ ਰਿਹਾ ਉਸ ਤੋਂ ਅੱਗੇ ਆਪਾਂ ਜਾ ਵੀ ਨਹੀਂ ਸਕਦੇ ਕਿਉਂਕਿ ਉਸ ਤੇ ਜਾਣਾ ਮੁਸ਼ਕਲ ਹੈ ਕਿਉਂਕਿ ਉਸ ਇਲਾਕੇ ਦੇ ਵਿੱਚ 8-8 ਫੁੱਟ ਪਾਣੀ ਹੈਗਾ ਕਿਉਂਕਿ ਉਹ ਨੀਵੇਂ ਇਲਾਕੇ ਨੇ ਨਿਚਲੇ ਇਲਾਕੇ ਨੇ ਉੱਥੋਂ ਹੁਣ ਪਾਣੀ ਨਿਕਲਣਾ ਜਿਹੜਾ ਕਹਿ ਸਕਦੇ ਹਾਂ ਕਿ ਇਹਨਾ ਸੌਖਾ ਨਹੀਂ ਹੈਗਾ ਕਿ ਜਾਂ ਵੀ ਕੁਝ ਦਿਨਾਂ ਦੇ ਵਿੱਚ ਜਿਹੜਾ ਇਹ ਪਾਣੀ ਹੈ ਜਿਹੜਾ ਉਹ ਉਹ ਸੁੱਕ ਸਕੇ ਕਿਉਂਕਿ ਭਾਵੇਂ ਕੀ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਏ ਨੇ ਸਵੇਰੇ ਜਦੋਂ ਜ਼ਿਕਰ ਕਰਿਆ ਜਦੋਂ ਮੀਡੀਆ ਦੇ ਕੋਲ ਇਹ ਖਬਰਾਂ ਗਈਆਂ ਤਾਂ ਉਸ ਤੋਂ ਬਾਅਦ ਜ਼ਿਕਰ ਕੀਤਾ ਗਿਆ ਭੇਜਿਆ ਜਰੂਰ ਗਿਆ ਪਰ ਕਿਸਾਨ ਕਹਿ ਰਹੇ ਸਿਰਫ ਇੰਨੀ ਗੱਲ ਕਹੀ ਗਈ ਆ ਕਿ ਜਦੋਂ ਇਹ ਪਾਣੀ ਸੁੱਕ ਜਾਏਗਾ ਤਾਂ ਅਗਲੀ ਬਾਰਿਸ਼ ਦਾ ਹੱਲ ਹੋਏਗਾ ਮੁਆਵਜ਼ੇ ਦੇ ਤਜ ਪਰ ਮੁਆਵਜ਼ੇ ਦੀ ਗੱਲ ਤਾਂ ਕੀ ਆ ਕਿ ਓਨਾ ਮੁਆਵਜ਼ਾ ਕਿਸਾਨਾਂ ਨੂੰ ਮਿਲ ਪਾਏਗਾ ਜਿਉ ਨਾ ਉਹਦਾ ਨੁਕਸਾਨ ਹੋਇਆ ਕਿ 60-65000 ਰੁਪਏ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਠੇਕੇ ਦੇ ਉੱਪਰ ਪੈੜੀ ਲਈ ਆ ਤਾਂ ਜਾਂ ਉਹਦਾ 35-40000 ਰੁਪਏ ਜਿਹੜਾ ਉਹਦੀ ਉਹ ਉਹਦੀ ਕਾਰ ਉਹ ਬਣਦੀ ਆ ਉਹਦਾ ਖਰਚਾ ਹੋਇਆ ਜਾਂ ਉਸਦੀ ਕਹਿ ਸਕਦਾ ਇੱਕ ਵਿੱਗੇ ਦੇ ਵਿੱਚੋਂ ਲਗਭਗ 6-7 ਕਾਟਲ ਦੀ ਜਿਹੜਾ ਝੋਨਾ ਹੋਣਾ ਸੀ ਕਿ ਉਸ ਹਿਸਾਬ ਦੇ ਨਾਲ ਮੁਆਵਜ਼ਾ ਦੇਊਗਾ ਜਾਂ ਫਿਰ ਪਿਛਲੀਆਂ ਸਰਕਾਰਾਂ ਮੰਗੂ ਜਿਹੜੀ ਸਿਰਫ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 5 ਤੋਂ ਲੈ ਕੇ 10000 ਰੁਪਏ ਜੋ ਮੁਆਵਜ਼ਾ ਹੁੰਦਾ ਸੀ ਉਸ ਦੇ ਕੇ ਹੀ ਜਿਹੜਾ ਪੱਲਾ ਛਾੜ ਲਿਆ ਜਾਊਗਾ। ਅਰੇ ਪਾਈ ਬੈਠਿਆ ਜੀ। ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ